ਲੁਧਿਆਣਾ ਦੇ ਫਿਰੋਜ਼ਪੁਰ ਰੋਡ ਪੀਪਲਸ ਗਰਾਊਂਡ ਵਿਖੇ ਰੀਗਲ ਫੈਸ਼ਨ ਐਂਡ ਫਿਟਨੈਸ ਸ਼ੋਅ ਸੀਜ਼ਨ 3 ਦੇ ਐਡੀਸ਼ਨ ਲੈ ਗਏ, ਜਿਸ ਵਿੱਚ ਹਰ ਉਮਰ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ ਅਤੇ ਆਪਣੇ ਅੰਦਰ ਛੁਪੀ ਪ੍ਰਭਤਾ ਨੂੰ ਲੋਕਾਂ ਸਾਹਮਣੇ ਬਾਹਰ ਲਿਆਂਦਾ। ਇਸ ਮੌਕੇ ਜਿੱਥੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਇਸ ਪ੍ਰਤੀਯੋਗਤਾ ਲਈ ਕਿਸੇ ਵੀ ਕਿਸਮ ਦੀ ਕੋਈ ਐਂਟਰੀ ਫੀਸ ਨਹੀਂ ਲਈ ਗਈ, ਉੱਥੇ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਨੇ ਕਿਹਾ ਕਿ ਆਪਣੀ ਪ੍ਰਭਤਾ ਨੂੰ ਹੋਰ ਨਿਖਾਰਨ ਅਤੇ ਲੋਕਾਂ ਸਾਹਮਣੇ ਲਿਆਉਣ ਦਾ ਇਸ ਤੋਂ ਵਧੀਆ ਹੋਰ ਕੋਈ ਪਲੇਟਫਾਰਮ ਨਹੀਂ ਹੋ ਸਕਦਾ। ਆਓ ਜਾਣਦੇ ਹਾਂ ਕੀ ਕਹਿਣਾ ਸੀ ਪ੍ਰਬੰਧਕਾਂ ਅਤੇ ਪ੍ਰਤੀਯੋਗੀਆਂ ਦਾ। ਸਤਿ ਸ਼੍ਰੀ ਅਕਾਲ ਜੀ, ਅਮਰਜੋਤ ਸਿੰਘ। ਰੀਗਲ ਫੈਸ਼ਨ ਐਂਡ ਫਿਟਨੈਸ ਸ਼ੋਅ ਸੀਜ਼ਨ 3 ਦੇ ਅੱਜ ਆਡੀਸ਼ਨ ਕਰਾਏ ਜਾ ਰਹੇ ਆ ਫਿਰੋਜ਼ਪੁਰ ਰੋਡ ਦੇ, ਜਿਹਦੇ 'ਚ ਕੋਈ ਵੀ ਐਂਟਰੀ ਫੀਸ ਕਿਸੇ ਕੋਲੋਂ ਨਹੀਂ ਲਿੱਤੀ ਜਾ ਰਹੀ। ਮੇਨ ਮੋਟਿਵ ਸਾਫ ਹੈ ਕਿ ਆਪਾਂ ਯੂਥ ਨੂੰ ਨਸ਼ਿਆਂ ਤੋਂ ਦੂਰ ਕਰੀਏ, ਅਤੇ ਸੈਕਿੰਡ ਇਜ਼ ਸਾਫ ਹੈ ਕਿ ਕੁੜੀਆਂ ਨੂੰ ਜਿਹੜਾ ਹੈਗਾ ਸੇਵ ਦੀ ਗਰਲ ਚਾਈਲਡ ਦੀ ਮੁਹਿੰਮ, ਕਿ ਆਪਣਾ ਜਿਹੜਾ ਸ਼ੋਅ ਹੈ ਇਕਲੌਤਾ ਸ਼ੋਅ ਹੈ ਜਿਨ੍ਹਾਂ ਦੀ ਕੁੜੀਆਂ ਦੀ ਵਾਕ ਉਹਨਾਂ ਦੀ ਪੇਰੈਂਟਸ ਦੇ ਨਾਲ ਸ਼ੋਅ ਦੇ ਉੱਪਰ ਕਰਾਈ ਜਾਂਦੀ ਹੈ, ਤਾਂ ਕਿ ਪੇਰੈਂਟਸ ਨੂੰ ਯਾਨੀ ਕਿ ਪ੍ਰਾਊਡ ਫੀਲ ਹੋਏ। ਸ਼ੋਅ ਦਸੰਬਰ ਦੇ ਵਿੱਚ ਹੈਗੀ ਹੈ, ਲੁਧਿਆਣੇ ਦੇ ਵਿੱਚ ਹੀ ਕਰਾਵਾਂਗੇ। ਜਿਹੜੇ ਤਾਂ ਫੈਸ਼ਨ ਐਂਡ ਫਿਟਨੈਸ ਸ਼ੋਅ ਜਿਹੜੇ ਹੈਗੇ ਆ, ਉਹ 2 ਸ਼ੋਅ ਮੈਂ ਕਰਵਾ ਚੁੱਕਾ ਰੀਗਲ ਦੇ ਨਾਮ ਤੋਂ। ਹੁਣ ਥਰਡ ਸੀਜ਼ਨ ਹੈ, ਸਾਰੇ ਤੁਹਾਡੇ ਸਾਰੇ ਭਰਾਵਾਂ ਦੀ ਬਲੈਸਿੰਗ ਦੇ ਨਾਲ ਕਾਫੀ ਜ਼ਿਆਦਾ ਭਰੇ ਗਏ, ਕਿਉਂਕਿ ਆਨਲਾਈਨ ਫਾਰਮ ਸੀ ਸਾਨੂੰ। ਕਾਫੀ ਜ਼ਿਆਦਾ ਬੱਚਿਆਂ ਨੇ ਹਜੇ ਤੱਕ ਪਾਰਟੀਸਪੇਟ ਵੀ ਕੀਤਾ, ਤਕਰੀਬਨ 1000 ਪਲੱਸ ਹੀ ਹੋ ਜਾਣਗੇ। ਮੈਸੇਜ ਆਈ ਹੈ ਕਿ ਯੂਥ ਜਿਹੜਾ ਹੈਗਾ ਨਸ਼ਿਆਂ ਨੂੰ ਦੇਖ ਕੇ ਯਾਨੀ ਕਿ ਦੇਖਣ ਕਿ ਹਾਂ ਵੀ ਨਸ਼ਿਆਂ 'ਚ ਕਿੰਨੀ ਬਰਬਾਦੀ ਹੈ, ਕਿਵੇਂ ਘਰ ਦੇ ਘਰ ਉਜੜ ਰਹੇ ਆ। ਯੂਥ ਜਿਹੜਾ ਹੈਗਾ ਆਪਣਾ ਨਸ਼ਾ ਜਿਹੜਾ ਲਗਾਉਣਾ ਉਹ ਬੋਡੀ ਦੇ ਵੱਲ ਲਗਾਉਣ, ਮਾਂ ਪਿਓ ਦੀ ਸੇਵਾ ਵੱਲ ਲਗਾਉਣ। ਮੇਰਾ ਨਾਮ ਪਰਵੀਨ ਸੋਲੰਕੀ ਹੈ, ਮੈਂ ਦਿੱਲੀ ਸੇ ਹੂੰ। ਮੈਂ WWF ਖੇਲਤਾ ਹੂੰ ਔਰ ਪਾਵਰ ਲਿਫਟਿੰਗ ਪਲੱਸ ਅਬ ਹਮ ਕਿਕ ਬਾਕਸਿੰਗ ਮੈਂ ਅਰਜਨਟੀਨਾ ਜਾ ਰਹੇ ਹੈ। ਮੇਰੇ ਕੋ ਰੀਗਲ ਫੈਸ਼ਨ 3 ਕੇ ਲਈ ਯਹਾਂ ਪੇ ਬੁਲਾਇਆ ਗਿਆ ਹੈ। ਦੇਖੀਏ ਜੋ ਰੀਗਲ ਫੈਸ਼ਨ ਕਾ ਸ਼ੋਅ ਹੈ, ਯੇ ਇਸਕੀ ਇੱਕ ਖਾਸੀਅਤ ਹੈ, ਜੋ ਪਹਿਲਾ ਸੀਜ਼ਨ ਹੁਆ ਵੋ ਸੁਪਰ 8, ਦੂਸਰਾ ਸੁਪਰ 8, ਤੀਸਰਾ ਅੱਜ ਹੋਣੇ ਜਾ ਰਹਾ ਹੈ। ਯੇ ਇਸਕੀ ਸਭਸੇ ਬੜੀ ਖਾਸੀਅਤ ਹੈ ਕਿ ਜਿਸਮੇ ਐਂਟਰੀ ਜੋ ਹੈ ਉਹ ਫ੍ਰੀ ਹੈ, ਗਰੀਬ ਬੱਚਾ ਵੀ ਪਾਰਟੀਸਪੇਟ ਕਰ ਸਕਤਾ ਹੈ, ਸਕੂਲ ਵਾਲਾ ਵੀ, ਕਾਲਜ ਵਾਲਾ ਵੀ। ਔਰ ਹਮਾਰੀ ਇਹ ਕੋਸ਼ਿਸ਼ ਰਹੇਗੀ ਇਸਕੋ ਆਲ ਓਵਰ ਦਾ ਵਰਲਡ ਫੇਮਸ ਕੀਆ ਜਾਏ ਰੀਗਲ ਕੋ ਜੀ। ਹੈਲੋ, ਆਈ ਐਮ ਵੈਰੀ ਹੈਪੀ ਦੈਟ ਕੰਟੈਸਟ ਹੈਲਡ ਇਨ ਮਾਈ ਪੇਪਰਸ ਕਰਾਊਨ। ਯੇ ਇੱਕ ਬਹੁਤ ਬੜਾ ਪਲੇਟਫਾਰਮ ਹੈ ਜਿਸਕੇ ਅੰਦਰ ਆਨੇ ਵਾਲੀ ਜਨਰੇਸ਼ਨ ਕੋ ਡਰੱਗਸ ਸੇ ਦੂਰ ਰੱਖਣੇ ਕੇ ਲੀਏ, ਮੇਨਲੀ ਡਰੱਗਸ ਆਜ ਐਸੀ ਚੀਜ਼ ਹੈ ਜੋ ਆਨੇ ਵਾਲੀ ਜਨਰੇਸ਼ਨ ਕੋ ਖਤਮ ਕਰਤੀ ਜਾ ਰਹੀ ਹੈ, ਜੋ ਯੇ ਕੰਟੈਸਟ ਜੋ ਹੈ ਵੋ ਆਨੇ ਵਾਲੀ ਜਨਰੇਸ਼ਨ ਕੋ ਫਿਟਨੈਸ ਕੀ ਓਰ ਲੈ ਕੇ ਜਾ ਰਹੀ ਹੈ। ਇਸੀ ਲਈ ਮੈਂ ਬਹੁਤ ਖੁਸ਼ ਹੂੰ ਕਿ ਇਹ ਪੇਪਰਸ ਕਰਾਊਨ ਕੇ ਅੰਦਰ ਹੋ ਰਹਾ ਹੈ। ਪਲੀਜ਼ ਸਪੋਰਟ ਦੈਟ ਕੰਟੈਸਟ ਕਿ ਆਪਕੀ ਆਨੇ ਵਾਲੇ ਆਪਕੇ ਖੁਦ ਕੇ ਬੱਚੇ ਇਸ ਫਿਟਨੈਸ ਕੀ ਓਰ ਜਾਏ ਔਰ ਇਸ ਕੰਟੈਸਟ ਮੈਂ ਆਗੇ ਸੇ ਆਗੇ ਲੈ ਕੇ ਪਾਰਟੀਸਪੇਟ ਕਰੇ। ਥੈਂਕ ਯੂ। ਹੈਲੋ, ਮਾਈ ਨੇਮ ਇਜ਼ ਸਿਮਰਨ, ਆਈ ਐਮ ਫਰੋਮ ਲੁਧਿਆਣਾ। ਆਈ ਵਾਂਟ ਟੂ ਬਿਲਡ ਮਾਈ ਕਰੀਅਰ ਇਨ ਮਾਡਲਿੰਗ, ਮੈਂ ਮਾਡਲਿੰਗ ਕਰਨਾ ਚਾਹੁੰਦੀ ਸੀ, ਦੈਟਸ ਵਾਈ ਆਈ ਐਮ ਕਮ ਹੇਅਰ। ਦਿਸ ਇਜ਼ ਵੈਰੀ ਨਾਈਸ ਸ਼ੋਅ, ਸੋ ਦੈਟਸ ਵਾਈ ਆਈ ਐਮ ਕਮਿੰਗ ਹੇਅਰ। ਥੈਂਕ ਯੂ। ਹੈਲੋ, ਮਾਈ ਨੇਮ ਇਜ਼ ਸ਼ਿਵਾਨੀ ਐਂਡ ਆਈ ਐਮ ਕੇਮ ਫਰੋਮ ਲੁਧਿਆਣਾ, ਬਟ ਬੇਸਿਕਲੀ ਆਈ ਐਮ ਫਰੋਮ ਉੱਤਰਾਖੰਡ। ਮਾਈ ਕਰੀਅਰ ਇਜ਼ ਇਨ ਫਿਟਨੈਸ ਮਾਡਲ, ਮੈਂ ਯਹਾਂ ਪਰ ਸਿਰਫ ਇਸ ਲਈ ਆਈ ਹੂੰ ਤਾਂ ਕਿ ਮੈਂ ਆਪਣਾ ਫਿਟਨੈਸ ਮੈਂ ਆਪਣਾ ਗੋਲ ਬਣਾ ਸਕੂੰ। ਹੈਲੋ, ਮਾਈ ਨੇਮ ਇਜ਼ ਸ਼ਿਵਾਨੀ ਐਂਡ ਆਈ ਐਮ ਫਰੋਮ ਲੁਧਿਆਣਾ। ਮਾਡਲਿੰਗ ਇਜ਼ ਮਾਈ ਪੈਸ਼ਨ, ਦੈਟਸ ਵਾਈ ਆਈ ਐਮ ਇਨ ਹੇਅਰ। ਅੱਛਾ ਲੱਗ ਰਿਹਾ ਹੈ, ਸਭ ਆਡੀਸ਼ਨਸ ਦੇ ਰਹੇ ਹੈ ਐਂਡ ਜਲਦੀ ਮੈਨੇ ਵੀ ਦੇ ਦੇਣੇ। ਮਾਈ ਨੇਮ ਇਜ਼ ਰਚਿਤਾ ਐਂਡ ਮੈਂ ਅਭੀ ਮਾਡਲਿੰਗ ਮੈਂ ਆਡੀਸ਼ਨਸ ਕੇ ਲਈ ਆਈ ਹੋਈ ਹੂੰ ਔਰ ਮੈਂ ਮਾਡਲਿੰਗ ਕੇ ਆਡੀਸ਼ਨਸ ਦੇ ਕਰ ਆਈ ਹੂੰ ਐਂਡ ਮੁਝੇ ਬਹੁਤ ਅੱਛਾ ਲੱਗ ਰਿਹਾ ਹੈ ਬਿਕੋਜ਼ ਇੱਕ ਯੇ ਮੇਰੇ ਲਈ ਨਿਊ ਐਕਸਪੀਰੀਅੰਸ ਥਾ ਐਂਡ ਮਾਡਲਿੰਗ ਮੇਰਾ ਪੈਸ਼ਨ ਹੈ, ਮੁਝੇ ਕਰਨਾ ਬਹੁਤ ਅੱਛਾ ਲੱਗਤਾ ਹੈ। ਤੋ ਮੈਂ ਅਭੀ ਮਾਡਲਿੰਗ ਕੀ ਆਡੀਸ਼ਨਸ ਦੇ ਕੇ ਆਈ ਹੂੰ ਐਂਡ ਮੇਰੀ ਸੇ ਵਾਕ ਕਰਵਾਏਗੀ ਔਰ ਮੇਰੇ ਸੇ ਕੁਸ਼ਚਨਸ ਪੁੱਛੇ ਗਏ ਥੋੜੇ ਬਹੁਤ ਫੈਸ਼ਨ ਐਂਡ ਫਿਟਨੈਸ ਕੋ ਲੈ ਕੇ ਔਰ ਜਸਟ ਇਟਸ ਅਬਾਊਟ ਮਾਡਲਿੰਗ ਐਂਡ ਅ ਵਾਕ ਐਂਡ ਮੇਰੇ ਕੋ ਬਹੁਤ ਮਜ਼ਾ ਆਇਆ ਇਹ ਚੀਜ਼ ਕਰਕੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਗੌਰੀ ਅਤੇ ਅੱਜ ਮੈਨੂੰ ਇਸ ਸ਼ੋਅ 'ਚ ਆ ਕੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਅਤੇ ਇਹ ਸ਼ੋਅ ਲੋਕਾਂ ਨੂੰ ਹਮੇਸ਼ਾ ਇਸ ਟੈਲੈਂਟ ਦੇ ਵਿੱਚ ਆਉਣਾ ਚਾਹੀਦਾ, ਲੋਕਾਂ ਨੂੰ ਇਹ ਸ਼ੋਅ ਬਹੁਤ ਇੰਟਰੈਕਟ ਕਰਦਾ, ਠੀਕ ਹੈ, ਅਤੇ ਸਾਨੂੰ ਹਰ ਬੱਚੇ ਨੂੰ ਇਸ ਸ਼ੋਅ ਵਿੱਚ ਪਾਰਟੀਸਪੇਟ ਲੈਣਾ ਹੀ ਚਾਹੀਦਾ ਵਾ। ਅਤੇ ਇਹ ਫੈਸ਼ਨ ਐਂਡ ਫਿਟਨੈਸ ਦਾ 3rd ਸੀਜ਼ਨ ਹੈ ਅਤੇ ਮੈਂ ਚਾਹੂੰਗੀ ਹਰ ਬੱਚਾ ਇਸ ਸ਼ੋਅ ਵਿੱਚ ਆਪਣਾ ਟੈਲੈਂਟ ਦਿਖਾਵੇ ਆ ਕੇ। ਥੈਂਕ ਯੂ ਸੋ ਮਚ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।